अस्सलामुअलैकुम। यूसुफ साहब अस्सलामुअलैकुम। अरे मेजर साहब, सर यूसुफ साहब, चार को तो मेरे लगे करना पे। बिस्मिल्लाह बिस्मिल्लाह। सर आज मनु एक से एक साल की बड़ी खुशी हुई कि मैं बहुत नफाकत है, बहुत बीमारी की हालत है, तो आज मेरा हम कलाम अल्लाह ताला तुम से दे मेरी सारे के जाए तो ये तो जीते सारे बीमार ने दुआ करें तो दे दी लगे मैनू मेरा हाल है जो मैं बहुत मजा आया बाजवा साहब जी काल सुन के ना। अच्छा मैं कहना की यार एने क्रिस्टल क्लियर बंदे और इन्ने दिनों दे दिल च मन च रूह च कोई मैल कोई बैल नहीं और दिल इन्ने साफ स्ट्रेट फॉरवर्ड ते निगर से दिकाल ते तुहानू पता है हमेशा इंच दी तरह जिदो बोलदे ने ओह ते मतलब फुल फुल करदे ने मोती करदे ने समा समा बंदे ने और बड़ियां गहरियां गल्लां करदे ते अज अपने यूसुफ साहब क्योंकि तुहाडा शो प्रोग्राम दा तुहानू दस्सिया जी ओहदियां वी मेरे नाल तुहानू बहुत बहुत वधाइयां उहनू पता चलदा रहे कि बहुत कामयाब अल्लाह ताला ने हां जी तेरी दुआ नाल तुहाडी दुआ नाल अल्लाह ने तुहाडी इज्जत दी बड़ा इजाफा कीता और मैनू सियालकोट बैठे अपने घर बैठे पिंड बैठे बहुत बल्कि जिदन का प्रोग्राम शेड्यूल किया मलिक असलम साहब कलमा चौक वाले बहुत मुतहर्रक और बड़ी मेहनत उन्हां दी जिहड़ी ना इस प्रोग्राम दी कामयाबी च मैं कहना बहुत सारे बेलोस नजर बंदे जिस अमजद पीर साहब ने बादल साहब ने हां जी रेना दी साहब जो असलम साहब नु ही शामिल कीता जाए ते और अल्लाह ताला ने यूसुफ साहब पता नहीं तुहानू एक गल लाई नमे कि नहीं अल्लाह ने उन्हां नु सौर भी बड़ा अल्लाह दित्ता बड़े कमाल यकीन करो मैनू ए मैनू इल्म हो चुके है बड़ा मजबूर कीता मैं कह यार इन्ने लोग आके गांदे ने ते तुसी आने लागे भी कदी कोई सलाह ते तुहानू लोग हैरान हो जाएंगे तुहाडी आवाज दी हां यार जेड़ा सौर जी लै चै नाल मैं काफी स्टडी कीता ना उन्होंने देखा कुछ गल्लां मेरे देन जो ना दिया ने मैं चाहूंगा कि वो भी जी जरूर 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 ए वड्डे लोग सन सर ए वड्डे लोग ने फरमाया सन नुसर रख दे तब्दील किया गया फैसलाबाद पुराना लालपुर ओहदे चंग बाजार च पैदा होए सन सर फिर
ਨੁਸਰ ਸਾਹਿਬ ਨੂੰ ਇਹ ਸਿਰਫ ਸਾਡੇ ਪੰਜਾਬ ਲੈਵਲ ਤੇ ਵੀ ਨਹੀਂ, ਪਾਕਿਸਤਾਨ ਲੈਵਲ ਤੇ ਵੀ ਨਹੀਂ, ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਆਪਣੇ ਆਪ ਨੂੰ ਤਸਲੀਮ ਕੀਤਾ ਔਰ ਕੈਨੇਡਾ ਤੇ ਅਮਰੀਕਾ ਦੇ ਮਿਊਜ਼ੀਸ਼ੀਅਨਾਂ ਨੇ ਉਹਨਾਂ ਦੇ ਨਾਲ ਕੋਲੈਬੋਰੇਟ ਕਰਕੇ ਤੇ ਮਿਊਜ਼ਿਕ ਵਜਾਇਆ ਔਰ ਇਹਨਾਂ ਦੀ ਗਾਇਆ ਹੋਇਆ ਕਲਾਮ, ਇਹਨਾਂ ਦੀ ਕੁਆਲੀਆਂ ਫਿਰ ਮਜ਼ਾਰਾਂ ਤੋਂ ਦਰਬਾਰਾਂ ਤੋਂ ਨਿਕਲ ਕੇ ਤੇ ਫਿਰ ਬਹੁਤ ਉੱਚੀ ਜਗ੍ਹਾ ਤੇ ਕਸੀਨੋ ਤੇ ਕੈਬਰਿਆਂ ਤੇ ਘਰਾਂ ਦੇ ਵਿੱਚ ਆਪਣੇ ਗਾਈਆਂ ਤੇ ਸੁਣੀਆਂ ਗਈਆਂ ਔਰ ਗੈਰ ਮੁਲਕੀ ਲੋਕ ਇਹਨਾਂ ਦੀਆਂ ਇਹਨਾਂ ਦੇ ਸੁਰ ਤੇ ਔਰ ਕੁਆਲੀਆਂ ਦੇ ਉੱਤੇ ਝੂਮਦੇ ਦੇਖੇ ਗਏ ਸਨ। ਬਿਲਕੁਲ ਇਸੇ ਤਰ੍ਹਾਂ ਜਪਾਨ ਦੇ ਵਿੱਚ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਜੀ ਉਹ ਬੁੱਧਿਸਟ ਨੇ ਨਾ ਔਰ ਉਹ ਜਦੋਂ ਗਾਉਂਦੇ ਨੇ ਖਾਨ ਸਾਹਿਬ ਤੇ ਉਹ ਬੁੱਧਾ ਦਾ ਜਿਹੜਾ ਇੱਕ ਸਮਾਧ ਦਾ ਇੱਕ ਹੈ ਨਾ ਉਹਦਾ ਕਨਸੈਪਟ ਉਹ ਬਣ ਜਾਂਦਾ ਔਰ ਉਹ ਰਿਜ਼ੈਂਬਲ ਕਰਦੇ ਨੇ ਬੁੱਧਾ ਦੇ ਨਾਲ ਖਾਨ ਸਾਹਿਬ ਨੂੰ ਕਿ ਜਦੋਂ ਗਾਉਂਦੇ ਨੇ ਉਦੋਂ ਅੱਖਾਂ ਬੰਦ ਕਰ ਲੈਂਦੇ ਨੇ ਔਰ ਮਤਲਬ ਕਈ ਵਾਕਿਆ ਉਹਨਾਂ ਨੇ ਬਜ਼ਾਤੇ ਖੁਦ ਮੈਂ ਕੋਲ ਬਹਿ ਕੇ ਉਹਨਾਂ ਦੇ ਕੋਲੋਂ ਸੁਣੇ ਮਤਲਬ ਘਰ ਮੁਲਾਕਾਤ ਵਾਸਤੇ ਜਾਣਾ ਸੀ ਉਹਨਾਂ ਨੇ ਕਾਫੀ ਸਾਰੇ ਵਾਕਿਆ ਦੱਸੇ ਤੇ ਉਹਨਾਂ ਚੋਂ ਇਹ ਵੀ ਇੱਕ ਵਾਕਿਆ ਕਿ ਹਾਲਾਂਕਿ ਜਪਾਨੀ ਆਪਣੇ ਕਾਨੂੰਨ ਕਾਇਦੇ ਦੇ ਬਹੁਤ ਪੱਕੇ ਨੇ ਲੇਕਿਨ ਇਸ਼ਾਰੇ ਤੇ ਨਾ ਰੁਕੇ ਤੇ ਵੇਖ ਲਿਆ ਕਿ ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ ਕਿਸੇ ਨੇ ਤੇ ਉਹ ਆਪਣੀ ਗੱਡੀ ਉੱਥੇ ਇਸ਼ਾਰੇ 'ਤੇ ਲੌਕ ਕਰਕੇ ਨਾ ਅਤੇ ਜੁੱਤੀਆਂ ਲਾ ਕੇ ਆਪਣੀ ਗੱਡੀ ਦੇ ਕੋਲ ਅਤੇ ਨੰਗੇ ਪੈਰੀਂ ਜਿਹੜਾ ਉੱਥੇ ਆ ਕੇ ਜਿਵੇਂ ਇਹਤਰਾਮ ਨਾ ਹੱਥ ਬੰਨ ਕੇ ਖਲੋ ਜਾਈਦਾ। ਅੱਛਾ ਉਹਨੂੰ ਵੇਖਿਆ ਕਿ ਇਹ ਕਿਉਂ ਖਲੋਤਾ ਜਦੋਂ ਉਹ ਸਾਰਿਆਂ ਨੇ ਵੇਖਦੇ ਰਹੇ ਅਤੇ ਇਹ ਵਾਕਿਆ ਹੈ ਵੇ ਬਹੁਤ ਵੱਡੇ ਵਾਕਿਆਤ ਵਿੱਚੋਂ ਕਿ ਉਦੋਂ ਜਪਾਨ ਦੇ ਵਿੱਚ ਟ੍ਰੈਫਿਕ ਬਲੋਕ ਕਈ ਘੰਟੇ ਬਲੋਕ ਰਹੀ ਔਰ ਇਹਨਾਂ ਦੇ ਗੱਡੀ ਦੇ ਆਲੇ ਦੁਆਲੇ ਜਪਾਨੀ ਜਿਹੜੇ ਨੇ ਉਹ ਖੜੇ ਹੋ ਗਏ ਇਹਨਾਂ ਦੇ ਦੀਦਾਰ ਕਰਨ ਵਾਸਤੇ ਨਾ। ਜੀ ਬਿਲਕੁਲ ਥੋੜਾ ਬਹੁਤ ਮਾੜਾ ਚੰਗਾ ਇਲਮ ਮੇਰੇ ਕੋਲ ਇਹਨਾਂ ਦੇ ਬਾਰੇ ਬਹੁਤ ਬਹੁਤ ਅੱਛਾ ਲੱਗਿਆ ਔਰ ਅਮਜਦ ਪਰਵੇਜ਼ ਸਾਹਿਬ ਕਹਿ ਰਹੇ ਨੇ ਕਿ ਮੇਜਰ ਸਾਹਿਬ ਤੁਸੀਂ ਕਿਸੇ ਤੋਂ ਘੱਟ ਨਹੀਂ, ਤੁਸੀਂ ਐਫ ਐਮ 95 ਦੇ ਸ਼ਹਿਜ਼ਾਦੇ ਹੋ। ਅੱਲਾਹ ਤਾਲਾ ਉਹਨਾਂ ਨੂੰ ਸਾਹਮਣੇ ਰੱਖੇ ਸਾਰੇ ਉਹਨਾਂ ਦੀ ਮੁਹੱਬਤ ਹੈ ਉਹਨਾਂ ਦਾ ਖੁਸ਼ ਨਜ਼ਰ ਜੀ ਬਿਲਕੁਲ ਤੇ ਸਾਰੇ ਜਿਹੜੀ ਬਾਜਵਾ ਸਾਹਿਬ ਨੇ ਗੱਲ ਕੀਤੀ ਨਾ ਡਿਪਰੈਸ਼ਨ ਦੀ, ਇਹ ਬੜੀ ਡਿਪਰੈਸ਼ਨ ਦੇ ਬੜੀ ਲਾਸਟ ਸਟੇਜ ਤੇ ਸਨ ਔਰ ਮੇਰਾ ਖਿਆਲ ਇਹ ਉੱਥੇ ਹੀ ਕੋਈ ਜਿਹੜੀ ਕੋਈ ਬੜੀ ਬਾ ਅਮਲ ਔਰ ਕੋਈ ਮਜ਼ਬੂਤ ਸ਼ਖਸੀਅਤ ਦੀ ਮਾਲਕ ਹੋਵੇ ਨਸੀਮੇ ਸ਼ਹਿਰ ਦੀਆਂ ਵੀ ਦੁਆਵਾਂ ਤੁਹਾਡੇ ਵੱਲ ਆਈਆਂ ਨੇ ਤੁਹਾਡੇ ਵਾਸਤੇ ਹਾਂ ਅਤੇ ਬਹੁਤ ਮਿਹਰਬਾਨੀ ਸਰ, ਥੈਂਕ ਯੂ, ਅੱਲਾ ਹਾਫਿਜ਼।